ਮੈਂ ਸਨਪ੍ਰੀਤ ਸਿੰਘ ਭਾਟੀਆ, ਇੰਚਾਰਜ ਵਾਰਡ ਨੰਬਰ 52। ਮੈਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਬਹੁਤ ਧੰਨਵਾਦ ਕਰਨਾ, ਜਿਨ੍ਹਾਂ ਨੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਅਲੱਗ ਅਲੱਗ ਤਰ੍ਹਾਂ ਦੇ ਉਪਰਾਲੇ ਕਰ ਰਹੇ ਨੇ। ਮੈਂ ਪੰਜਾਬ ਪੁਲਿਸ ਦਾ ਵੀ ਬਹੁਤ ਧੰਨਵਾਦ ਕਰ ਜਿਨ੍ਹਾਂ ਨੇ ਉਪਰਾਲਾ ਸ਼ੁਰੂਆਤ ਕਰਤਾ ਔਰ ਬਹੁਤ ਹੀ ਵਧੀਆ ਲੋਕਾਂ ਸ਼ਾਹ ਹੋ ਰਿਹਾ, ਮਤਲਬ ਕਿ ਅੱਗੇ ਇਕੱਠੇ ਲੋਕ ਹੋ ਗਏ ਉਹ ਬੱਚਿਆਂ ਦੇ ਜੋ ਗੇਮਾਂ ਦੇਖਦੇ ਨੇ, ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ। ਮੈਨੂੰ ਪੂਰਾ ਯਕੀਨ ਆ ਆਉਣ ਵਾਲੇ ਸਮੇਂ ਦੇ ਵਿੱਚ ਰੰਗਲਾ ਪੰਜਾਬ ਸਾਡਾ ਬਣੇਗਾ। ਅੱਜ ਕਿੰਨਾ ਅੱਜ ਤੁਹਾਡੇ ਸਾਹਮਣੇ ਹੀ ਬੱਚੇ ਸਕੂਲਾਂ ਦੇ ਬੱਚੇ ਆਏ ਰਹੇ, 1000 ਤੋਂ ਪਲੱਸ ਬੰਦਾ ਇਕੱਠਾ ਹੋਇਆ ਇੱਥੇ ਔਰ ਬਹੁਤ ਹੀ ਵਧੀਆ ਲੋਕਾਂ ਵੱਲੋਂ ਸਾਨੂੰ ਜੋਸ਼ ਮਿਲ ਰਿਹਾ। ਮੈਂ ਦੀਪਕ ਚੱਡਾ, ਵਾਰਡ ਨੰਬਰ 59 ਨੰਬਰ ਵਾਰਡ ਤੋਂ, ਅਤੇ ਅਸੀਂ ਇੱਕ ਸਾਡੀ ਮਾਨ ਸਰਕਾਰ ਨੇ ਇੱਕ ਬੜਾ ਵੱਡਾ ਮੁਹਿੰਮ ਚਲਾਈ ਸੀ ਨਸ਼ਾ ਮੁਕਤ ਪੰਜਾਬ। ਅਸੀਂ ਉਹ ਨਸ਼ਾ ਮੁਕਤ ਪੰਜਾਬ ਜਿਹੜਾ ਇਹਨਾਂ ਨੇ ਮੁਹਿੰਮ ਚਲਾਈ ਬਹੁਤ ਅੱਛੀ ਹੈ। ਉਹ ਅਸੀਂ ਅੱਜ ਪੁਲਿਸ ਪ੍ਰਸ਼ਾਸਨ ਦੇ ਮੁਤਾਬਕ ਉਹਨਾਂ ਦੀ ਦੇਖ ਰੇਖ ਦੇ ਵਿੱਚ ਇੱਥੇ ਪ੍ਰੋਗਰਾਮ ਇੰਨਾ ਸੋਹਣਾ ਆਇਆ, ਮਤਲਬ ਬੱਚਿਆਂ ਨੂੰ ਖੇਡਾਂ ਵੀ ਕਰਾਈਆਂ ਗਈਆਂ, ਬੱਚਿਆਂ ਦੇ ਪੇਰੈਂਟਸ ਔਰ ਬੱਚੇ ਬਹੁਤ ਵੱਧ ਚੜ੍ਹ ਕੇ ਹਿੱਸਾ ਵੀ ਲਿੱਤਾ ਇਹਨਾਂ ਨੇ ਸਭ ਨੇ ਇੱਥੇ, ਅਤੇ ਅਸੀਂ ਇਹਨਾਂ ਦਾ ਮਾਣ ਸਰਕਾਰ ਦਾ ਅਸੀਂ ਕਹਿੰਦੇ ਹਾਂ। ਮਗਰ ਜੋ ਉਪਰਾਲਾ ਕਰਦੇ ਪਏ ਬਹੁਤ ਸੋਹਣਾ ਕਰਦੇ ਪਏ ਆ, ਇਸ ਦੇ ਵਿੱਚ ਅਸੀਂ ਆਉਣ ਵਾਲੇ ਟਾਈਮ 'ਤੇ ਕੁਛ ਮਹੀਨਿਆਂ ਦੇ ਵਿੱਚ ਹੀ ਸਾਨੂੰ ਕਾਫੀ ਨਸ਼ਿਆਂ ਨੂੰ ਠੱਲ ਪਈ ਜਾਏਗੀ, ਅਤੇ ਅਸੀਂ ਬਹੁਤ ਵਧੀਆ ਜਿਹੜੇ ਬੱਚਿਆਂ ਨੂੰ ਨਵਾਂ ਨਵਾਂ ਮੈਸੇਜ ਮਿਲੇਗਾ ਅਤੇ ਬੱਚੇ ਆਉਣ ਵਾਲੇ ਟਾਈਮ 'ਤੇ ਖੇਡਾਂ ਦੇ ਵਿੱਚ ਰੁੱਝਣਗੇ। ਅੱਜ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਇਹ ਜੀ ਅਸੀਂ ਕਰਾਇਆ ਆਪਣਾ ਫਤਿਹ ਸਿੰਘ ਕਲੋਨੀ ਦੇ ਵਿੱਚ, ਸੰਯੋਗ ਬਹੁਤ ਸੋਹਣਾ ਵੱਧ ਚੜ੍ਹ ਕੇ ਇੰਨੇ ਕੁ ਪਬਲਿਕ ਉਸਾਹ ਹੈ। ਤੁਸੀਂ ਹੁਣ ਵੀ ਦੇਖੋ ਹਜੇ ਵੀ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਹਜੇ ਵੀ ਭੀੜ ਕਿੰਨੀ ਲੱਗੀ ਹੋਈ ਹੈ ਸਾਰੀ। ਨਹੀਂ ਸਾਡੇ ਕੋਲ ਜੋ ਵੱਧ ਤੋਂ ਵੱਧ ਪ੍ਰੋਗਰਾਮ ਸਾਡੀ ਮਾਨ ਸਰਕਾਰ ਕੋਲ ਹੋਏਗਾ ਉਹ ਕਰੀ ਜਾਂਦੇ ਪਏ, ਅਸੀਂ ਕਰੀ ਜਾਂਦੇ ਪਏ। ਨਸ਼ਾ ਅਸੀਂ ਹੌਲੀ ਹੌਲੀ 0% 'ਤੇ ਲੈਣਾ ਜੀ ਬਿਲਕੁਲ। ਹਾਂਜੀ ਸਰ, ਅੱਜ ਨਸ਼ਿਆਂ ਨੂੰ ਨਸ਼ਾ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਜਿਹੜਾ ਦੂਜਾ ਵਿਸ਼ਾਲ ਅੰਮ੍ਰਿਤਸਰ ਦੇ ਵਿੱਚ ਸੰਮੇਲਨ ਕਰਵਾਇਆ ਗਿਆ, ਕੀ ਕਹਿਣਾ ਚਾਹੋਗੇ ਇਸ ਮੌਕੇ? ਮਾਣਯੋਗ CM ਸਾਹਿਬ, ਮਾਣਯੋਗ DGP ਸਾਹਿਬ, ਮਾਣਯੋਗ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਜਿਹੜੀ ਹੈਗੀ ਹੈ ਐਂਟੀ ਨਸ਼ਾ ਜਿਹੜੀ ਹੈਗੀ ਹੈ ਮੁਹਿੰਮ ਚਲਾਈ ਗਈ ਹੈ, ਜਿਹਦੇ ਵਿੱਚ ਇਹ ਸਮਾਜ ਨੂੰ ਇੱਕ ਮੈਸੇਜ ਦੇਣਾ ਕਿ ਵੀ ਉਹ ਕਿਸੇ ਵੀ ਟਾਈਪ ਦਾ ਨਸ਼ਾ ਜਿਹੜਾ ਹੈਗਾ ਉਹ ਨਾ ਕੀਤਾ ਜਾਵੇ। ਉਹ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਸਖ਼ਤ ਤਾੜਨਾ ਹੈ ਕਿ ਵੀ ਉਹਨਾਂ ਦਾ ਪਤਾ ਦੱਸਿਆ ਜਾਵੇ ਤਾਂ ਕਿ ਉਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।